वाहिगुरु जी का खालसा वाहिगुरु जी की फतेह। अनमोल विचार चैनल विच तुहाडा स्वागत है। इस हफ्ते मेरिया कई भैणां ने वार वार पुछा है कि साडे घर दे कलेश दे लई कोई शब्द दसो। घर दा कलेश अज दी सब तो वड्डी समस्या बनिया होया है। घर घर दी कहानी है कलेश दी। कोई विरले ही कर्मां वाले परिवार होणगे जो इस तो बच पाए होणगे। तां इत्थे मैं तुहानूं दसां कि घर दे कलेश दा कारण कोई भी एक जना नहीं हो सकदा। आपां सारे जिम्मेवार आ। जे मन लो कि अपने घर विचों एक इनसान आ जो गुस्से पर बाकी तो अपन सियाने है ना, आपां तां गल नूं संभाल सकते हैं। कलेश दा सब तो वड्डा कारण है साडा गुस्सा। असीं कहिंदे आ कि सानूं दूजा जणा कोई गल किवें कह दे, असीं उस नूं इक दीआं चार सुणाईआं। अपने विच सहनशीलता मुकदी जा रही है। आपां सारे ही अपने आप नूं सब तो ज्यादा सियाने समझदे आ। असीं कहिंदे आ कि जो गल मैं कहती सारे जणे इस नूं सुण फिर सुणन वी ते मेरी सियाणप दे उत्ते मोर वी लाउण। आपां गुस्सा ही उस वेले करदे आ जदों साडी गल मन्नी नहीं जांदी। ते दूजा कारण है कि घर दे विच किसी भी किस्म दा नशे दा सेवन। जदों इंसान नशा करदा है तां नशा उस इंसान नूं जानवर बना दिंदा है। नशा कीते हुए इंसान दे उपर गुस्सा विकार सब तो ज्यादा हावी हुंदा है। ते तीसरा कारण है घर विच वाहिगुरु जी दे नाम दी कमी। जिस घर विच मेरे वाहिगुरु जी दा नाम नहीं उन्हां घरां दे विच हमेशा कला कलेश रहिंदा है। बाबा आनंद सिंह जी अक्सर ही कहा करदे सी कि जिन्हां घरां दे विच नितनेम नहीं हुंदा, जिन्हां घरां दे विच गुरु दी बाणी नहीं चलदी, ਉਹਨਾਂ ਘਰਾਂ ਦੇ ਵਿੱਚ ਕਲਾ ਕਲੇਸ਼ ਰਹਿੰਦਾ ਹੈ। ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਜਿਹੜੇ ਘਰ ਦੇ ਜੀ ਨਾਮ ਨਹੀਂ ਜਪਦੇ ਉਹ ਤਾਂ ਇੱਕ ਹਿਸਾਬ ਦੇ ਤੁਰੇ ਫਿਰਦੇ ਪ੍ਰੇਤ ਨੇ ਘਰ ਦੇ ਵਿੱਚ। ਤੇ ਜਿੱਥੇ ਪ੍ਰੇਤ ਰਹਿੰਦੇ ਹੁਣ ਉੱਥੇ ਸ਼ਾਂਤੀ ਕਿੱਦਾਂ ਹੋ ਸਕਦੀ ਹੈ? ਕਲੇਸ਼ ਚਾਹੇ ਕਿਸੇ ਵੀ ਕਾਰਨ ਹੋਵੇ, ਨਸ਼ੇ ਕਾਰਨ ਹੋਵੇ, ਗੁੱਸੇ ਕਾਰਨ ਹੋਵੇ, ਪਰ ਕਲੇਸ਼ ਦਾ ਹੱਲ ਮਹਾਂਪੁਰਖਾਂ ਨੇ ਦੱਸਿਆ ਹੈ। ਜਿਨ੍ਹਾਂ ਘਰਾਂ ਵਿੱਚ ਜ਼ਿਆਦਾ ਕਲੇਸ਼ ਰਹਿੰਦਾ ਹੈ ਤੇ ਜੇ ਕਲੇਸ਼ ਦਾ ਕਾਰਨ ਜੀਆਂ ਦਾ ਗੁੱਸਾ ਹੈ ਤਾਂ ਉਹ ਆਪਣੇ ਨਿਤਨੇਮ ਕਰਨ ਤੋਂ ਉਪਰੰਤ ਪੰਜ ਜਪਜੀ ਸਾਹਿਬ ਜੀ ਦੇ ਪਾਠ ਵੱਧ ਕਰਿਆ ਕਰੋ ਅਤੇ ਇੱਕ ਮਾਲਾ ਗੁਰੂ ਰਾਮਦਾਸ ਜੀ ਦੇ ਨਾਮ ਦੀ ਜਪਿਆ ਕਰੋ, ਕਿਉਂਕਿ ਗੁਰੂ ਰਾਮਦਾਸ ਜੀ ਤੋਂ ਵੱਧ ਨਿਮਰਤਾ ਦਾ ਭਾਵ ਆਪਾਂ ਨੂੰ ਕਿਤੋਂ ਨਹੀਂ ਮਿਲ ਸਕਦਾ। ਬਾਕੀ ਦਿਨ ਵਿੱਚ ਜੇ ਤੁਹਾਨੂੰ ਜਪਜੀ ਸਾਹਿਬ ਜੀ ਕੰਠ ਯਾਦ ਹੈ ਤਾਂ ਤੁਸੀਂ ਕਰ ਸਕਦੇ ਹੋ, ਜੇ ਨਹੀਂ ਤਾਂ ਸਾਰਾ ਦਿਨ ਤੁਰਦੇ ਫਿਰਦੇ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਨਾਮ ਜਪਦੇ ਰਿਹਾ ਕਰੋ। ਇਸ ਦੇ ਨਾਲ ਜਿਸ ਜੀ ਨੂੰ ਵੀ ਗੁੱਸਾ ਆਉਂਦਾ ਹੈ ਉਹਦਾ ਹਿਰਦਾ ਇਕਦਮ ਸ਼ਾਂਤ ਰਹੇਗਾ। ਜੇ ਤੁਹਾਡੇ ਘਰ ਦਾ ਕਲੇਸ਼ ਕਿਸੇ ਨਸ਼ੇ ਦੇ ਕਾਰਨ ਹੁੰਦਾ ਹੈ, ਘਰ ਦਾ ਜੀ ਕੋਈ ਨਸ਼ਾ ਕਰਦਾ ਹੈ, ਤੇ ਇੱਥੇ ਵੀ ਹੱਲ ਉਹੀ ਹੈ ਕਿ ਆਪਣੇ ਨਿਤਨੇਮ ਦੇ ਨਾਲ ਪੰਜ ਜਪਜੀ ਸਾਹਿਬ ਜੀ ਦੇ ਪਾਠ ਕਰਨੇ ਆ। ਇੱਕ ਮਾਲਾ ਗੁਰੂ ਤੇਗ ਬਹਾਦਰ ਜੀ ਦੇ ਨਾਮ ਲੈ ਕੇ ਸਿਮਰਨ ਕਰਨਾ ਹੈ, ਤੇ ਦੂਸਰੀ ਮਾਲਾ ਗੁਰੂ ਤੇਗ ਬਹਾਦਰ ਸਿਮਰੀਏ ਘਰ ਨੌਂ ਨੇ ਦਿਆਵੇ ਤਾਏ। ਤਾਂ ਦੇਖਣਾ ਜੇ ਤੁਸੀਂ ਪੂਰੀ ਸ਼ਰਧਾ ਦੇ ਨਾਲ ਵਿਸ਼ਵਾਸ ਰੱਖ ਕੇ ਇੰਜ ਪਾਠ ਕਰੋਗੇ ਅਤੇ ਗੁਰੂ ਰਾਮਦਾਸ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਨਾਮ ਦਾ ਜਾਪ ਕਰੋਗੇ ਤਾਂ ਘਰ ਦੇ ਕਲੇਸ਼ ਦਾ ਖਾਤਮਾ ਤਾਂ ਹੋਵੇਗਾ ਹੀ, ਨਾਲ ਨਾਲ ਘਰ ਵਿੱਚ ਕਈ ਹੋਰ ਕੰਮ ਵੀ ਸਿੱਧੇ ਹੋ ਜਾਣਗੇ। ਕਾਰੋਬਾਰ ਵਿੱਚ ਵਾਧਾ, ਕਮਾਈ ਵਿੱਚ ਬਰਕਤਾਂ ਹੋਣਗੀਆਂ। ਦੇਖੋ ਜੀ, ਮੁਸੀਬਤ ਪਰੇਸ਼ਾਨੀ ਚਾਹੇ ਕੋਈ ਵੀ ਹੋਵੇ, ਪਰ ਇਸ ਦਾ ਹੱਲ ਸਾਡੇ ਗੁਰੂਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਅਤੇ ਨਿੱਘੀ ਬਾਣੀ ਵਿੱਚ ਹੈ। ਇਸ ਲਈ ਗੁਰਬਾਣੀ ਪੜ੍ਹਿਆ ਕਰੋ, ਸੁਣਿਆ ਕਰੋ ਅਤੇ ਵਿਚਾਰਿਆ ਕਰੋ, ਆਪਣੇ ਆਪ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਆ। ਤੇ ਅੱਗੇ ਇੱਥੇ ਮੈਂ ਹੱਥ ਜੋੜ ਕੇ ਬੇਨਤੀ ਇਹ ਵੀ ਕਰਾਂਗੀ ਕਿ ਜੇ ਘਰ ਦੇ ਵਿੱਚ ਲੜਾਈ ਤੁਹਾਡੀ ਬਜ਼ੁਰਗਾਂ ਨਾਲ ਆ ਤੇ ਕਦੇ ਵੀ ਬਜ਼ੁਰਗਾਂ ਦਾ ਗੁੱਸਾ ਨਾ ਕਰਿਆ ਕਰੋ, ਕਿਉਂਕਿ ਬਜ਼ੁਰਗਾਂ ਦੀ ਸਲਾਹ ਇੱਕ ਦਵਾਈ ਵਾਂਗ ਹੁੰਦੀ ਆ, ਜੋ ਕਿ ਆਪਾਂ ਨੂੰ ਕੌੜੀ ਜ਼ਰੂਰ ਲੱਗਦੀ ਆ ਪਰ ਉਸਦੇ ਫਾਇਦੇ ਬਹੁਤ ਹੁੰਦੇ ਆ। ਇਸ ਲਈ ਬਜ਼ੁਰਗਾਂ ਦਾ ਕਦੀ ਵੀ ਗੁੱਸਾ ਨਾ ਕਰੋ। ਜਿਨ੍ਹਾਂ ਘਰਾਂ ਦੇ ਵਿੱਚ ਬਜ਼ੁਰਗਾਂ ਦਾ ਆਦਰ ਸਤਿਕਾਰ ਹੁੰਦਾ ਹੈ ਉਹਨਾਂ ਘਰਾਂ ਦੇ ਵਿੱਚ ਹਮੇਸ਼ਾ ਬਰਕਤਾਂ ਰਹਿੰਦੀਆਂ ਨੇ। ਤੇ ਬਜ਼ੁਰਗਾਂ ਨੂੰ ਵੀ ਇੱਕ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਸਮਝਾਉਣ ਦਾ ਤੁਹਾਡਾ ਫਰਜ਼ ਵੀ ਆ ਅਤੇ ਅਧਿਕਾਰ ਵੀ ਆ, ਪਰ ਕੋਸ਼ਿਸ਼ ਕਰਿਆ ਕਰੋ ਕਿ ਜੇ ਥੋੜਾ ਜਿਹਾ ਪਿਆਰ ਦੇ ਨਾਲ, ਕਿਉਂਕਿ ਹੁਣ ਪਹਿਲਾਂ ਵਾਲੇ ਸਮੇਂ ਨਹੀਂ ਰਹੇ, ਅੱਜ ਕੱਲ੍ਹ ਬੱਚਿਆਂ ਨੂੰ ਹੋਰ ਬਹੁਤ ਟੈਨਸ਼ਨਾਂ ਹੁੰਦੀਆਂ ਨੇ ਘਰ ਦੀਆਂ ਬਾਹਰ ਦੀਆਂ, ਇਸ ਕਰਕੇ ਉਹ ਜਲਦੀ ਹੀ ਗੁੱਸੇ ਦੇ ਵਿੱਚ ਆ ਜਾਂਦੇ ਨੇ। ਇਸ ਲਈ ਜੇ ਦੋਵੇਂ ਧਿਰਾਂ ਹੀ ਥੋੜਾ ਜਿਹਾ ਵੀ ਸੋਚ ਵਿਚਾਰ ਕੇ ਚੱਲਣ ਤਾਂ ਘਰ ਦੇ ਕਲੇਸ਼ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਤੇ ਆਓ ਮਹਾਂਪੁਰਖਾਂ ਵੱਲੋਂ ਦੱਸੀ ਗਈ ਵਿਧੀ ਦੇ ਅਨੁਸਾਰ ਘਰ ਵਿੱਚ ਜਾਪ ਕਰੀਏ, ਜਦੋਂ ਵੀ ਸਮਾਂ ਮਿਲੇ ਗੁਰਬਾਣੀ ਪੜ੍ਹੀਏ, ਸੁਣੀਏ ਅਤੇ ਵਿਚਾਰੀਏ ਤੇ ਸਵਾਸ ਸਵਾਸ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪੀਏ। ਜੇਕਰ ਇਹ ਵੀਡੀਓ ਵਧੀਆ ਲੱਗੀ ਹੋਈ ਤੇ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਤੇ ਜੇ ਕਿਸੇ ਦੇ ਵੀ ਮਨ ਨੂੰ ਕਿਸੇ ਗੱਲ ਦੀ ਠੇਸ ਪਹੁੰਚੀ ਹੋਵੇ ਤਾਂ ਹੱਥ ਜੋੜ ਕੇ ਮਾਫ਼ੀ ਮੰਗਦੀ ਹਾਂ, ਮਾਫ਼ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।